ਇਹ ਸਾਡਾ ਜੀ ਡਰੱਗ ਅਵੇਅਰਨੈਸ ਮੰਥ ਸ਼ੁਰੂ ਕਰਾਇਆ ਸਾਡੇ ਡੀ ਜੀ ਪੀ ਸਾਹਿਬ ਨੇ, ਹੀ ਇਜ਼ ਏ ਵੈਰੀ ਡਾਇਨਾਮਿਕ ਅਫਸਰ ਸ਼੍ਰੀ ਗੁਰਦਾਸ ਯਾਦਵ ਜੀ। ਇਹ ਅੱਜ ਤੋਂ ਪੰਜਾਬ 'ਚ ਵੱਖ ਵੱਖ ਥਾਵਾਂ 'ਤੇ ਇਹ ਕੰਪੇਨ ਸਟਾਰਟ ਕੀਤੀ ਜਾਏਗੀ। ਮੈਨੂੰ ਬਹੁਤ ਖੁਸ਼ੀ ਹੋਈ ਦੇਖ ਕੇ ਜੀ, ਅੱਜ ਜਿਸ ਤਰ੍ਹਾਂ ਇਹ ਠਾਠਾ ਮਾਰਦਾ ਸਾਈਕਲਿਸਟ ਦਾ ਇਕੱਠ ਆ, ਮੈਂ ਦੇਖ ਰਿਹਾ ਸੀ ਕਿ ਬਹੁਤ ਸਾਰੇ ਲੋਕ ਆਪਣੇ ਪੂਰੇ ਅਟਾਇਰ 'ਚ ਆਏ ਨੇ, ਹੈਲਮੇਟਸ, ਆਪਣੇ ਪੂਰੇ ਸਾਈਕਲ, ਆਪਣੇ ਪੂਰੀ ਯੂਨੀਫਾਰਮ ਪਾ ਕੇ। ਸੋ ਇਟ ਸੀਮਸ ਕਿ ਲੋਕ ਕਾਫੀ ਇਸ ਵਾਲੇ ਇਸ ਪਾਸੇ ਵੱਲ ਵੀ ਆਪਣਾ ਤਵੱਜੋ ਦੇ ਰਹੇ ਹੈ। ਅਸੀਂ ਇਹੀ ਅਪੀਲ ਸਭ ਨੂੰ ਕਰਾਂਗੇ, ਸਾਡਾ ਸਾਥ ਦਿਓ ਪੰਜਾਬ ਪੁਲਿਸ ਦਾ। ਅਸੀਂ ਵਚਨਬੱਧ ਹਾਂ ਇਸ ਕੁਰੀਤੀ ਨੂੰ ਖਤਮ ਕਰਨ ਵਾਸਤੇ, ਇਸ ਬੁਰਾਈ ਨੂੰ ਜੜੋਂ ਵੱਟਣ ਵਾਸਤੇ, ਬਟ ਇੰਟੈਲੀਜੈਂਸ ਦੀ ਸਾਨੂੰ ਲੋੜ ਆ। ਅਸੀਂ ਆਪਣੇ ਤੰਤਰ ਨਾਲ, ਆਪਣੇ ਸਿਸਟਮ ਨਾਲ ਅਸੀਂ ਕਰ ਰਹੇ ਹਾਂ, ਪਰ ਸਾਨੂੰ ਫਿਰ ਵੀ ਲੋਕਾਂ ਦਾ ਸਹਿਯੋਗ ਬਹੁਤ ਚਾਹੀਦਾ। ਕਿੱਥੇ ਕੋਈ ਜਿਹੜਾ ਬੰਦਾ ਉਹ ਗਲਤ ਕੰਮ ਕਰ ਰਿਹਾ, ਨਸ਼ੇ ਵੇਚ ਰਿਹਾ, ਜਾਂ ਉਹ ਨਸ਼ੇ ਦੇ ਪ੍ਰੋਸੀਡ 'ਚੋਂ ਉਹਨੇ ਬਹੁਤ ਸਾਰੀ ਪ੍ਰੋਪਰਟੀ ਬਣਾ ਲਈ ਹੈ, ਤਾਂ ਕਿ ਅਸੀਂ ਉਹਦੇ ਖਿਲਾਫ਼ ਅਸਰਦਾਰ ਕਾਰਵਾਈ ਕਰ ਸਕੀਏ। ਕਰੋੜਾਂ ਰੁਪਏ ਦੀ ਜਾਇਦਾਦ ਜਿਹੜੀ ਹੈਗੀ ਉਹਨਾਂ ਦੀ ਜ਼ਬਤ ਕੀਤੀ ਜਾ ਰਹੀ ਹੈ, ਤਾਂ ਕਿ ਉਹਨਾਂ ਨੂੰ ਵੀ ਇੱਕ ਡੈਟਰੈਂਸ ਹੋਏ ਕਿ ਜੋ ਮਰਜ਼ੀ ਕਰ ਲਈਏ, ਜਿੰਨਾ ਅਸੀਂ ਪਾਪ ਦੇ ਇਸ ਕਮਾਈ ਦਾ ਜੋ ਬਣਾਉਣਾ ਉਹ ਸਾਡੇ ਕੋਲ ਰਹਿਣਾ ਨਹੀਂ ਹੈਗਾ। ਬ੍ਰਦਰ, ਮੈਂ ਆਈ ਐਮ ਸਟੂਡੈਂਟ ਆਫ ਲਿਟਰੇਚਰ। ਉਹ ਸ਼ੇਕਸਪੀਅਰ ਨੇ ਇੱਕ ਜਗ੍ਹਾ ਲਿਖਿਆ ਇੱਕ ਨਾਵਲ 'ਚ, ਉਹਨੇ ਕਹਿੰਦਾ, ਗੋਡ ਹੈਜ਼ ਗਿਵਨ ਟੂ ਥਿੰਗਸ ਟੂ ਮੈਨਕਾਈਂਡ, ਵਨ ਇਜ਼ ਅਨਸਰਟਨਟੀ ਅਬਾਊਟ ਦੀ ਫਿਊਚਰ, ਐਂਡ ਸੈਕਿੰਡ ਇਜ਼ ਰੇ ਆਫ ਹੋਪ। ਬਟ ਮਤਲਬ ਈਸ਼ਵਰ ਨੇ ਇਨਸਾਨ ਨੂੰ ਇੱਕ ਉਮੀਦ ਦੀ ਕਿਰਨ ਦਿੱਤੀ ਹੈ, ਔਰ ਆਈ ਐਮ ਏ ਪੋਜ਼ਿਟਿਵ ਮੈਨ। ਉਮੀਦ ਦੀ ਕਿਰਨ ਕਦੀ ਨਹੀਂ ਛੱਡਣੀ ਚਾਹੀਦੀ। ਮੈਂ ਐਬਸੋਲੂਟਲੀ ਆਪਟੀਮਿਸਟਿਕ ਹਾਂ, ਮੈਂ ਆਸ਼ਾਵਾਦੀ ਹਾਂ, ਐਂਡ ਆਮ ਪੋਜ਼ਿਟਿਵ। ਆਈ ਐਮ ਸ਼ੋਰ ਕਿ ਜਨਤਾ ਸਾਥ ਦੇ, ਸਾਂ ਯੂਥ ਸਾਡਾ ਸਾਥ ਦੇ, ਤਾਂ ਕੋਈ ਵਜ੍ਹਾ ਹੀ ਨਹੀਂ ਕਿ ਅਸੀਂ ਇਸ ਕੁਰੀਤੀ ਨੂੰ ਸਮਾਜ 'ਚੋਂ ਨਾ ਦੂਰ ਕਰ ਸਕੀਏ, ਇਸ ਬੁਰਾਈ ਨੂੰ। ਜ਼ਿਲ੍ਹਾ ਪਠਾਨਕੋਟ ਦੇ SSP ਸੋਹੇਲ ਮੀਰ ਦੀ ਅਗਵਾਈ ਦੇ ਹੇਠ ਕੱਢੀ ਗਈ ਇਸ ਰੈਲੀ ਦੇ ਵਿੱਚ ਸਮੂਹ ਪੁਲਿਸ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਵੱਖ ਵੱਖ ਸੁਸਾਇਟੀਆਂ ਦੇ ਨੁਮਾਇੰਦਿਆਂ ਅਤੇ ਸ਼ਹਿਰ ਦੇ ਲੋਕਾਂ ਦੇ ਨਾਲ ਨਾਲ ਬੱਚਿਆਂ ਨੇ ਵੀ ਭਾਗ ਲਿਆ। ਦੱਸ ਦਿੰਦੇ ਹਾਂ, ਬਾਰਡਰ ਰੇਂਜ ਦੇ DIG ਰਾਕੇਸ਼ ਕੌਸ਼ਲ ਵਿਸ਼ੇਸ਼ ਤੌਰ ਦੇ ਉੱਤੇ ਇਸ ਰੈਲੀ ਦੇ ਵਿੱਚ ਪੁੱਜੇ ਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਵਿਰੁੱਧ ਪ੍ਰੇਰਿਤ ਕਰਨ ਅਤੇ ਤੰਦਰੁਸਤ ਪੰਜਾਬ ਦਾ ਸੁਨੇਹਾ ਦਿੱਤਾ। ਸੋਹੇਲ ਮੀਰ ਸਾਈਕਲ ਦੇ ਉੱਤੇ ਇਸ ਰੈਲੀ ਨੂੰ ਜਿਹੜਾ ਪੂਰਾ ਕਰਨ ਲਈ ਨਿਕਲੇ ਤੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਪ੍ਰੇਰਿਤ ਕੀਤਾ, ਤੇ ਇਹ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਹੁਣ ਤੱਕ ਜਿਹੜਾ ਇੰਨੀਆਂ ਰਿਪੋਰਟਾਂ ਸਾਡੇ ਕੋਲ ਆ ਚੁੱਕੀਆਂ ਨੇ ਕਿ ਜਿਹੜੇ ਨਸ਼ਾ ਕਰਦੇ ਨੇ, ਨਸ਼ੇ ਦੇ ਨਾਲ ਜਿਹੜਾ ਆਪਣੀ ਪ੍ਰੋਪਰਟੀ ਖਰੀਦ ਚੁੱਕੇ ਨੇ, ਉਹਨਾਂ ਦੀ ਲਗਭਗ ਇੱਕ ਕਰੋੜ ਦੇ ਕਰੀਬ ਆਪਾਂ ਉਹਨਾਂ ਦੀ ਪ੍ਰੋਪਰਟੀ ਜਿਹੜੀ ਆ ਜ਼ਬਤ ਕਰ ਚੁੱਕੇ ਆ, ਤੇ ਕਿੰਨੀ ਵਧੀਆ ਗੱਲ ਹੈ। ਤੁਸੀਂ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਪੰਜਾਬ ਜਿਹੜਾ ਹੈ ਨਸ਼ਿਆਂ ਤੋਂ ਦੂਰ ਹੋਵੇ, ਰੋਕਥਾਮ ਨਸ਼ੇ ਦੀ ਜਿਹੜੀ ਹੈ ਉਹ ਸਕਸੈਸਫੁਲ ਹੋ ਸਕੇ, ਤਾਂ ਜ਼ਰੂਰ ਇਸ ਖਬਰ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰਨਾ ਨੌਜਵਾਨਾਂ ਦੇ ਨਾਲ ਵੀ, ਉਸ ਪੀੜ੍ਹੀ ਦੇ ਨਾਲ ਵੀ, ਕਿ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਜਿਹੜਾ ਸੰਕੇਤ ਮਿਲੇ ਅਤੇ ਉਹ ਸਾਵਧਾਨ ਰਹਿਣ ਕਿ ਉਹਨਾਂ ਦੇ ਖਿਲਾਫ ਨੱਥ ਪਾਈ ਜਾਏਗੀ ਜੇਕਰ ਉਹ ਨਸ਼ਿਆਂ ਵੱਲ ਜਾਂਦੇ ਨੇ। ਤਾਂ ਜ਼ਰੂਰ ਇਸ ਖਬਰ ਨੂੰ ਸ਼ੇਅਰ ਕਰਨਾ ਨਾ ਭੁੱਲਣਾ, ਅਤੇ ਇਸ ਤਰੀਕੇ ਦੀਆਂ ਜੇ ਤੁਹਾਨੂੰ ਨੌਜਵਾਨਾਂ ਦੇ ਲਈ ਹੋਰ ਰੈਲੀਆਂ ਵੀ ਚਾਹੀਦੀਆਂ ਨੇ ਤਾਂ ਤੁਸੀਂ ਕਮੈਂਟ ਕਰਕੇ ਆਪਣਾ ਵਿਚਾਰ ਵੀ ਸਾਂਝਾ ਕਰ ਸਕਦੇ ਹੋ ਕਿ ਤੁਹਾਨੂੰ ਇਹ ਜਿਹੜਾ ਉਪਰਾਲਾ ਕਿਹੋ ਜਿਹਾ ਲੱਗਿਆ। ਇਹ ਸਾਡਾ ਜੀ ਡਰੱਗ ਅਵੇਅਰਨੈਸ ਮੰਥ ਸ਼ੁਰੂ ਕਰਾਇਆ ਸਾਡੇ ਡੀ ਜੀ ਪੀ ਸਾਹਿਬ ਨੇ, ਹੀ ਇਜ਼ ਏ ਵੈਰੀ ਡਾਇਨਾਮਿਕ ਅਫਸਰ ਸ਼੍ਰੀ ਗੁਰਦਾਸ ਯਾਦਵ ਜੀ। ਇਹ ਅੱਜ ਤੋਂ ਪੰਜਾਬ 'ਚ ਵੱਖ ਵੱਖ ਥਾਵਾਂ 'ਤੇ ਇਹ ਕੰਪੇਨ ਸਟਾਰਟ ਕੀਤੀ ਜਾਏਗੀ, ਔਰ ਅਸੀਂ ਲੋਕਾਂ ਨੂੰ ਅਵੇਅਰ ਕਰਾਵਾਂਗੇ ਨਸ਼ਿਆਂ ਦੇ ਜਿਹੜੇ ਮਾੜੇ ਇਫੈਕਟ ਨੇ, ਕੁਰੀਤੀਆਂ ਨੇ।
ਤਾਂ ਕਿ ਲੋਕ ਆਪਣੇ ਪਰਿਵਾਰਾਂ 'ਚ, ਆਪਣੇ ਆਸ ਪਾਸ, ਆਪਣੇ ਗਲੀ ਮੁਹੱਲਿਆਂ 'ਚ, ਆਪਣੇ ਪਿੰਡਾਂ 'ਚ, ਜਿਹੜੇ ਇਸ ਪਾਸੇ ਕੁਛ ਨੌਜਵਾਨ ਪ੍ਰੇਰਿਤ ਹੋ ਰਹੇ ਹੈ, ਉਹਨਾਂ ਨੂੰ ਹਟਾ ਸਕਣ, ਉਹਨਾਂ ਨੂੰ ਦੂਰ ਕਰ ਸਕਣ। ਮੈਨੂੰ ਬਹੁਤ ਖੁਸ਼ੀ ਹੋਈ ਦੇਖ ਕੇ ਜੀ, ਅੱਜ ਜਿਸ ਤਰ੍ਹਾਂ ਇਹ ਠਾਠਾ ਮਾਰਦਾ ਸਾਈਕਲਿਸਟ ਦਾ ਇਕੱਠ ਆ, ਮੈਂ ਦੇਖ ਰਿਹਾ ਸੀ ਕਿ ਬਹੁਤ ਸਾਰੇ ਲੋਕ ਆਪਣੇ ਪੂਰੇ ਅਟਾਇਰ 'ਚ ਆਏ ਨੇ, ਹੈਲਮੇਟਸ, ਆਪਣੇ ਪੂਰੇ ਸਾਈਕਲ, ਆਪਣੇ ਪੂਰੀ ਯੂਨੀਫਾਰਮ ਪਾ ਕੇ। ਸੋ ਇਟ ਸੀਮਸ ਕਿ ਲੋਕ ਕਾਫੀ ਇਸ ਵਾਲੇ ਇਸ ਪਾਸੇ ਵੱਲ ਵੀ ਆਪਣਾ ਤਵੱਜੋ ਦੇ ਰਹੇ ਹੈ। ਵੈਸੇ ਵੀ ਮੈਂ ਦੇਖਦਾ ਕਿ ਲੋਕ ਅੱਜ ਕੱਲ੍ਹ ਪਾਰਕਾਂ 'ਚ, ਸਟੇਡੀਅਮ 'ਚ ਕਾਫੀ ਭਰਮਾਰ ਆ, ਜਿਮ ਕਾਫੀ ਖੁੱਲ੍ਹ ਗਏ ਨੇ, ਲੋਕਾਂ ਦਾ ਧਿਆਨ ਹੈ, ਲੋਕ ਚਾਹੁੰਦੇ ਆ ਕਿ ਸਾਡਾ ਸਮਾਜ ਇੱਕ ਅੱਛਾ ਹੋਏ। ਮੈਂ ਇਸ ਇਲਾਕੇ 'ਚੋਂ ਹਾਂ, ਅਸੀਂ ਇਹ ਚੀਜ਼ਾਂ ਨਹੀਂ ਸੀ ਦੇਖੀਆਂ ਜਿਹੜਾ ਅੱਜ ਕੱਲ੍ਹ ਅਸੀਂ ਥੋੜ੍ਹਾ ਦੇਖ ਰਹੇ ਹਾਂ। ਬਟ ਅਸੀਂ ਇਹੀ ਅਪੀਲ ਸਭ ਨੂੰ ਕਰਾਂਗੇ, ਸਾਡਾ ਸਾਥ ਦਿਓ ਪੰਜਾਬ ਪੁਲਿਸ ਦਾ। ਅਸੀਂ ਵਚਨਬੱਧ ਹਾਂ ਇਸ ਕੁਰੀਤੀ ਨੂੰ ਖਤਮ ਕਰਨ ਵਾਸਤੇ, ਇਸ ਬੁਰਾਈ ਨੂੰ ਜੜੋਂ ਵੱਟਣ ਵਾਸਤੇ, ਬਟ ਇੰਟੈਲੀਜੈਂਸ ਦੀ ਸਾਨੂੰ ਲੋੜ ਆ। ਅਸੀਂ ਆਪਣੇ ਤੰਤਰ ਨਾਲ, ਆਪਣੇ ਸਿਸਟਮ ਨਾਲ ਅਸੀਂ ਕਰ ਰਹੇ ਹਾਂ, ਪਰ ਸਾਨੂੰ ਫਿਰ ਵੀ ਲੋਕਾਂ ਦਾ ਸਹਿਯੋਗ ਬਹੁਤ ਚਾਹੀਦਾ, ਜਿੱਥੋਂ ਲੋਕ ਸਾਡੀ ਅੱਖਾਂ ਨੱਕ ਕੰਨ ਬਣ ਕੇ ਇਸ ਸਮਾਜ 'ਚ ਸਾਡਾ ਸਾਥ ਦੇਣ, ਇਸ ਲੜਾਈ 'ਚ ਸਾਡਾ ਸਾਥ ਦੇਣ। ਸਾਨੂੰ ਇਹੀ ਚਾਹੀਦਾ ਕਿ ਕਿੱਥੇ ਕੋਈ ਜਿਹੜਾ ਬੰਦਾ ਉਹ ਗਲਤ ਕੰਮ ਕਰ ਰਿਹਾ, ਨਸ਼ੇ ਵੇਚ ਰਿਹਾ, ਜਾਂ ਉਹ ਨਸ਼ੇ ਦੇ ਪ੍ਰੋਸੀਡ 'ਚੋਂ ਉਹਨੇ ਬਹੁਤ ਸਾਰੀ ਪ੍ਰੋਪਰਟੀ ਬਣਾ ਲਈ ਹੈ, ਤਾਂ ਕਿ ਅਸੀਂ ਉਹਦੇ ਖਿਲਾਫ ਅਸਰਦਾਰ ਕਾਰਵਾਈ ਕਰ ਸਕੀਏ। ਵੈਸੇ ਤਾਂ ਮੈਂ ਦੱਸਣਾ, ਅੱਜ ਕੱਲ੍ਹ ਇਹ ਵੀ ਡਰਾਈਵ ਚੱਲ ਰਹੀ ਹੈ ਹਰ ਡਿਸਟ੍ਰਿਕਟ 'ਚ, ਜਿਹੜੇ ਨੋਨ ਨਸ਼ਾ ਸਮੱਗਲਰ ਨੇ ਜਾਂ ਜਿਹੜੇ ਸਾਡੇ ਰਿਕਾਰਡ ਦੇ ਉੱਪਰ ਨੇ ਇਹੋ ਜਿਹੇ ਮਾੜੇ ਅਨਸਰ, ਉਹਨਾਂ ਦੀਆਂ ਪ੍ਰੋਪਰਟੀਜ਼ ਅਸੀਂ ਫਰੀਜ਼ ਕਰ ਰਹੇ ਹਾਂ 68F ਦੇ ਅੰਦਰ। ਔਰ ਬਹੁਤ ਸਾਰੇ ਸਾਨੂੰ ਆਰਡਰ ਰੀਸੈਂਟਲੀ ਆਫਟਰ ਇਲੈਕਸ਼ਨਸ ਸਾਨੂੰ ਰਿਸੀਵ ਹੋਏ ਹੈ ਦਿੱਲੀ ਤੋਂ, ਜਿਹੜੀ ਏਜੰਸੀ ਇਹਨੂੰ ਕੋਆਰਡੀਨੇਟ ਕਰਦੀ ਹੈ, ਕਰੋੜਾਂ ਰੁਪਏ ਦੀ ਜਾਇਦਾਦ ਜਿਹੜੀ ਹੈਗੀ ਉਹਨਾਂ ਦੀ ਜ਼ਬਤ ਕੀਤੀ ਜਾ ਰਹੀ ਹੈ, ਤਾਂ ਕਿ ਉਹਨਾਂ ਨੂੰ ਵੀ ਇੱਕ ਡੈਟਰੈਂਸ ਹੋਏ ਕਿ ਜੋ ਮਰਜ਼ੀ ਕਰ ਲਈਏ, ਜਿੰਨਾ ਅਸੀਂ ਪਾਪ ਦੇ ਇਸ ਕਮਾਈ ਦਾ ਜੋ ਬਣਾਉਣਾ ਉਹ ਸਾਡੇ ਕੋਲ ਰਹਿਣਾ ਨਹੀਂ ਹੈਗਾ। ਸਰ, ਲੱਗਦਾ ਕਿ ਇਸ ਡਰਾਈਵ ਦੇ ਨਾਲ ਜਿਹੜੀ ਪ੍ਰੋਪਰਟੀ ਜ਼ਬਤ ਕੀਤੀ ਜਾ ਰਹੀ ਹੈ, ਆਉਣ ਵਾਲਾ ਸਮਾਂ ਜਿਹੜਾ ਸੁਖਾਲਾ ਹੋਏਗਾ, ਪੰਜਾਬ ਦੇ ਵਿੱਚ ਨਸ਼ਾ ਜਿਹੜਾ ਬਿਲਕੁਲ ਖਤਮ ਹੋਏਗਾ। ਬ੍ਰਦਰ, ਮੈਂ ਆਈ ਐਮ ਸਟੂਡੈਂਟ ਆਫ ਲਿਟਰੇਚਰ, ਕੁਝ ਸ਼ੇਕਸਪੀਅਰ ਨੇ ਇੱਕ ਜਗ੍ਹਾ ਲਿਖਿਆ ਇੱਕ ਨਾਵਲ 'ਚ, ਉਹਨੇ ਕਹਿੰਦਾ, ਗੋਡ ਹੈਜ਼ ਗਿਵਨ ਟੂ ਥਿੰਗਸ ਟੂ ਮੈਨਕਾਈਂਡ, ਵਨ ਇਜ਼ ਅਨਸਰਟਨਟੀ ਅਬਾਊਟ ਦੀ ਫਿਊਚਰ, ਐਂਡ ਸੈਕਿੰਡ ਇਜ਼ ਅ ਰੇ ਆਫ ਹੋਪ। ਆਉਣ ਵਾਲਾ ਸਮਾਂ ਕੀ ਹੈ ਕੋਈ ਨਹੀਂ ਜਾਣਦਾ, ਹੁਣ ਇੱਥੋਂ ਮੈਂ ਕਿੱਥੇ ਜਾਣਾ, ਵਟ ਵਿਲ ਹੈਪਨ ਟੂ ਮੀ ਆਈ ਡੋਂਟ ਨੋ, ਬਟ ਮਤਲਬ ਈਸ਼ਵਰ ਨੇ ਇਨਸਾਨ ਨੂੰ ਇੱਕ ਉਮੀਦ ਦੀ ਕਿਰਨ ਦਿੱਤੀ ਹੈ, ਔਰ ਆਈ ਐਮ ਏ ਪੋਜ਼ਿਟਿਵ ਮੈਨ, ਉਮੀਦ ਦੀ ਕਿਰਨ ਕਦੀ ਨਹੀਂ ਛੱਡਣੀ ਚਾਹੀਦੀ। ਮੈਂ ਐਬਸੋਲੂਟਲੀ ਆਪਟੀਮਿਸਟਿਕ ਹਾਂ, ਮੈਂ ਆਸ਼ਾਵਾਦੀ ਹਾਂ, ਐਂਡ ਆਮ ਪੋਜ਼ਿਟਿਵ, ਆਈ ਐਮ ਸ਼ੋਰ ਕਿ ਜਨਤਾ ਸਾਥ ਦੇ, ਸਾਂ ਯੂਥ ਸਾਡਾ ਸਾਥ ਦੇ, ਤਾਂ ਕੋਈ ਵਜ੍ਹਾ ਹੀ ਨਹੀਂ ਕਿ ਅਸੀਂ ਇਸ ਕੁਰੀਤੀ ਨੂੰ ਸਮਾਜ 'ਚੋਂ ਨਾ ਦੂਰ ਕਰ ਸਕੀਏ, ਇਸ ਬੁਰਾਈ ਨੂੰ ਅਸੀਂ ਜੜੋਂ ਨਾ ਪੁੱਟ ਕੇ ਸੁੱਟ ਸਕੀਏ। ਅੱਜ ਬਹੁਤ ਵਧੀਆ ਹੋ ਰਿਹਾ ਹੈ, SSP ਪਠਾਨਕੋਟ ਦੀ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜੀ ਹੈ ਇਹ ਆਪਣਾ ਸਾਈਕਲੋਨ ਰਨ 2024 'ਚ ਜਿਹੜੇ ਕਰਨ ਜਾ ਰਹੇ ਆ ਲਵੀਨੀ ਸਟੇਡੀਅਮ ਦੇ ਵਿੱਚ, ਬਹੁਤ ਹੀ ਵਧੀਆ ਲੱਗਾ, ਜਿਹਦਾ ਕਿ ਮੈਸੇਜ ਇੱਕ ਜਾਂਦਾ ਕਿ ਨਸ਼ਿਆਂ ਤੋਂ ਜਿਹੜਾ ਉਹ ਦੂਰ ਰਿਹਾ ਜਾ ਸਕੇ। ਹਮ ਅੱਜ ਪੈਡਲ ਸਾਈਕਲੋਥੋਨ ਹੈ, ਇਸ ਲਈ ਆਏ ਹੈ, ਔਰ ਸਭਸੇ ਬੈਸਟ ਚੀਜ਼ ਹੈ, ਇਹ ਹਮਾਰੇ ਇਨਵਾਇਰਮੈਂਟ ਕੇ ਲਈ ਸਭਸੇ ਸੇਫ ਚੀਜ਼ ਹੈ, ਔਰ ਧੰਨਵਾਦ ਕਰਤੇ ਹਮ ਆਪਣੇ SSP ਕੋ ਕਿ ਹਮ ਉਹਨਾਂ ਨੇ ਪਠਾਨਕੋਟ ਮੇਂ ਯੇ ਕਰਵਾਇਆ।